ਅਜਿਹੀ ਇਹ ਹੀ ਕਿ ਮਤਲਬ ਸਾਰੀ ਸੰਗਤ ਨੂੰ ਹੀ ਪਤਾ ਆ ਕਿ ਭਾਈ ਸਾਹਿਬ ਹੁਣਾਂ ਨੇ 7 ਦਿਨ ਤੋਂ ਭੁੱਖ ਹੜਤਾਲ 'ਤੇ ਬੈਠੇ ਆ। ਉਹਨਾਂ ਵਿੱਚ ਕੁਛ ਜ਼ਿਆਦਾ ਜਿਹੜੇ 3-4 ਸਿੰਘ ਉਹ ਜ਼ਿਆਦਾ ਸੀਰੀਅਸ ਵਾ, ਅਤੇ ਅਸੀਂ ਪਰਸੋਂ ਇਸ ਵਿਸ਼ੇ 'ਤੇ DC ਨੂੰ ਮੰਗ ਪੱਤਰ ਵੀ ਦਿੱਤਾ, ਅਤੇ ਉਹਨਾਂ ਸਾਡਾ ਮੰਗ ਪੱਤਰ ਇਗਨੋਰ ਕਰ ਦਿੱਤਾ, ਉਹਨਾਂ ਕੋਈ ਜਵਾਬ ਨਹੀਂ ਦਿੱਤਾ। ਅਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਅਰਦਾਸ ਕਰਕੇ ਅਤੇ ਮਤਲਬ ਕਿ ਇੱਥੇ ਭੁੱਖ ਹੜਤਾਲ 'ਤੇ ਬਹਿ ਜਾਣਾ। ਜੇ ਸਾਡੇ ਬੱਚੇ ਭੁੱਖੇ ਆ ਤਾਂ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ, ਅਸੀਂ ਵੀ ਇੱਥੇ ਭੁੱਖ ਹੜਤਾਲ 'ਤੇ ਬਹਾਂਗੇ। ਜਿੰਨਾ ਚਿਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਨਹੀਂ ਕਰਦੇ, ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ, ਨਾ ਅਸੀਂ ਛਕਾਂਗੇ। ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮਰਨ ਲੱਗਿਆਂ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ 'ਚ ਨਹੀਂ ਪੈਣਾ ਚਾਹੀਦਾ, ਅਸੀਂ ਆਪਣੀ ਧਰਤੀ 'ਤੇ ਜਾ ਕੇ ਮਰਨਾ ਚਾਹੁੰਦੇ ਹਾਂ। ਅਤੇ ਇਸ ਕਰਕੇ ਮੇਰੀ ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਇੱਥੇ ਸਾਡਾ ਸਾਥ ਦਿਓ, ਤਾਂ ਅਸੀਂ ਇੱਥੇ ਭੁੱਖ ਹੜਤਾਲ 'ਤੇ ਹੁਣ ਬਹਿਣਾ ਵਾ। ਅਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਵਾ ਵੀ ਇਹ ਬੈਠੇ ਆ, ਪਰਸੋਂ ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ? 7 ਦਿਨ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਸੀ ਵੀ ਉਹਨੇ ਇੰਨਾ ਇਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਅਤੇ ਇਹ ਆਰਾਮ ਨਾਲ ਆਪਣੇ ਕੰਮ ਚਲਾਉਣ ਡੇ ਪ੍ਰਸ਼ਾਸਨ ਵਾਲੇ। ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ, ਉੱਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਆ, 10 ਬੰਦੇ ਉੱਥੇ 40 ਬੰਦੇ ਸਾਡੇ ਭੁੱਖ ਹੜਤਾਲ 'ਤੇ ਬੈਠੇ, ਅਤੇ ਬਾਕੀ ਅਸੀਂ ਹੁਣ ਸਾਰਾ ਪਰਿਵਾਰ ਬਹਿਣ ਲੱਗੇ, ਸਾਰੇ NSA ਵਾਲਿਆਂ ਦੇ ਪਰਿਵਾਰ। ਫਿਰ ਜਦੋਂ ਸਾਡੇ ਬੱਚੇ ਇੱਥੇ ਆਉਣਗੇ ਪੰਜਾਬ 'ਚ ਜੇਲ੍ਹ 'ਚ ਰੋਟੀ ਖਾਣਗੇ, ਫਿਰ ਅਸੀਂ ਖਾਵਾਂਗੇ। ਸਾਡਾ ਇਹ ਆਖਰੀ ਫੈਸਲਾ ਵਾ ਬਸ, ਇੱਥੇ ਅਸੀਂ ਕਿਤੇ ਵੀ ਜਗ੍ਹਾ ਵੇਖਦੇ ਅਸੀਂ ਬਹਿ ਜਾਣਾ ਜਿੱਥੇ ਵੀ ਸਾਨੂੰ ਜਗ੍ਹਾ ਮਿਲੀ। ਹੋ ਸਕਦਾ ਸੜਕਾਂ ਰੋਕੀਏ ਜੋ, ਅਜੇ ਨਹੀਂ ਸਾਡੀ ਕੋਈ ਗੱਲਬਾਤ, ਇਹ ਸਰਕਾਰਾਂ 'ਤੇ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ। ਪਰਸੋਂ ਅਸੀਂ ਉਹਨੂੰ ਮੰਗ ਪੱਤਰ ਦਿੱਤਾ, ਸਾਡਾ ਕੋਈ ਜਵਾਬ ਦਿੱਤਾ ਸਰਕਾਰ ਨੇ? ਸਰਕਾਰ 'ਤੇ ਵਿਸ਼ਵਾਸ ਅਸੀਂ ਤਾਂ ਕਰੀਏ ਨਾ, ਜੇ ਨੂੰਹ 'ਚ ਇੰਨਾ ਕੁਛ ਹੋਇਆ ਤਾਂ ਉਹਨਾਂ ਨੂੰ ਤਾਂ NSA ਨਹੀਂ ਲੱਗੀ। ਭਗਵੰਤ ਮਾਨ ਲਾਈਵ ਹੋ ਕੇ ਕਹਿ ਰਿਹਾ ਸੀ ਵੀ ਜਿੱਥੇ ਆ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ, ਨੂੰਹ 'ਚ ਇੰਨਾ ਕੁਛ ਹੋਇਆ ਸੀ ਅਤੇ ਉਹ ਵੀ ਗਲਤ ਸੀ। ਉੱਥੋਂ ਦੇ ਬੰਦਿਆਂ ਨੂੰ 8 ਦਿਨ ਹੀ ਜ਼ਮਾਨਤ ਮਿਲ ਗਈ ਅਤੇ ਸਿੱਖਾਂ ਵਾਸਤੇ ਸਾਰੇ ਕਾਨੂੰਨ ਬਣੇ ਆ। ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ? ਉਮੀਦ ਹੀ ਨਹੀਂ, ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ। ਇਹ ਤਾਂ ਭਗਵੰਤ ਮਾਨ ਵੀ ਸੋਚਿਆ ਵੀ ਮੈਂ ਵੀ ਕਿਸੇ ਮਾਂ ਦਾ ਪੁੱਤ ਵਾਂ, ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲ੍ਹਾਂ 'ਚ ਮਰਨ ਜਨਮ ਦੀ ਲੜਾਈ ਰਹਿੰਦੇ, ਉਹ ਮਾਵਾਂ ਕਿੱਦਾਂ ਜੀਣਗੀਆਂ? ਜਿਹੜੀ ਆਡੀਓ ਭਾਈ ਅੰਮ੍ਰਿਤਪਾਲ ਸਿੰਘ ਸਾਮੀਆਂ ਦੀ ਆ ਰਹੀ ਹੈ, ਉਹ ਤਾਂ ਹੁਣ ਸਰਕਾਰ ਵੇਖੇ ਵੀ ਕਿਸੇ ਵੀ ਸਿੰਘ ਦਾ ਨੁਕਸਾਨ ਹੁੰਦਾ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਆ, ਕਿਉਂਕਿ ਉੱਥੇ ਬਸੰਤ ਇੰਨਾ ਸੀਰੀਅਸ ਆ ਕਿ ਉੱਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ। ਉਹਨਾਂ ਵੀ ਕਿਹਾ ਵੀ ਕਿਸੇ ਵੇਲੇ ਵੀ ਇਹਨੂੰ ਕੁਛ ਹੋ ਸਕਦਾ, ਪਰ ਉਹਨੇ ਅਰਦਾਸ ਕੀਤੀ ਆ ਕਿ ਮਰਨ ਤੱਕ ਵੀ ਮੇਰੇ ਮੂੰਹ 'ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਮ ਦੀ ਧਰਤੀ ਦਾ। ਬਾਕੀ ਇਹ ਹੁਣ ਪ੍ਰਸ਼ਾਸਨ ਵੇਖਲੇ ਵੀ ਇਹਨੇ ਕੀ ਕਰਨਾ, ਇਹਨਾਂ ਹੁਣ 84 ਵੱਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ, ਇਹ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ। ਅਸੀਂ ਤਾਂ ਸ਼ਾਂਤੀਪੂਰਵਕ ਹੀ ਬਵਾਂਗੇ ਭੁੱਖ ਹੜਤਾਲ 'ਤੇ, ਜਿੰਨੇ ਦਿਨ ਅਸੀਂ ਕੱਟਦੇ ਅਸੀਂ ਕੱਟਾਂਗੇ। ਨਹੀਂ ਹੜਤਾਲ 'ਤੇ ਬੈਠਣ ਦੀ ਅਰਦਾਸ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਕੀਤੀ, ਵਾਹਿਗੁਰੂ ਉਹਨਾਂ ਨੂੰ ਸਬਰ ਸੰਤੋਖ ਬਖਸ਼ੇ ਅਤੇ ਉਹ ਚੜ੍ਹਦੀ ਕਲਾ 'ਚ ਰਹਿਣ, ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਸਹੀ ਸਲਾਮਤ ਨਿਭਾਉਣ। ਠੀਕ ਹੈ, ਇਹ ਗਲਤ ਆ, ਸਾਰੇ ਅੱਗੇ ਪੰਜਾਬ 'ਚ NSA ਲੱਗਦੀਆਂ, ਉਹ ਕਿੱਦਾਂ ਪੰਜਾਬ ਦੀਆਂ ਜੇਲ੍ਹਾਂ 'ਚ ਰਹਿੰਦੇ ਸੀ? ਜਿਹੜੀ 90 ਤੋਂ ਪਹਿਲਾਂ NSA ਲੱਗੀਆਂ ਸੀ ਉਹ ਪੰਜਾਬ ਦੀਆਂ ਜੇਲ੍ਹਾਂ 'ਚ ਹੀ ਰਹੇ ਆ। ਇਹਨਾਂ ਦੀ NSA ਇੱਦਾਂ ਹੋਊਗਾ ਆਪਣਾ ਤਾਂ ਵੀ 2500 ਕਿਲੋਮੀਟਰ ਦੂਰ ਜਿੱਥੇ ਅਸੀਂ ਜਾ ਵੀ ਨਹੀਂ ਸਕਦੇ 2-2-3 ਮਹੀਨੇ, ਇਹਨਾਂ ਨੂੰ ਉੱਥੇ ਛੁੱਟਿਆ ਕਰਕੇ ਇੰਨੇ ਉਹਨਾਂ ਦੇ ਤਸੱਦਦ ਹੋਣ ਡੇ 10 ਮਹੀਨੇ, ਫਿਰ ਵੀ ਉਹਨਾਂ ਝੱਲੇ ਤਸੱਦਦ, ਜਦੋਂ ਸਿਰੋਂ ਪਾਣੀ ਲੰਘਿਆ ਉਹਨਾਂ ਦੇ ਬਾਥਰੂਮਾਂ 'ਚ ਇਹਨਾਂ ਕੈਮਰਿਆਂ ਤੱਕ ਲਾਏ, ਫਿਰ ਉਹਨਾਂ ਨੇ ਇਹ ਮੁੱਦਾ ਚੁੱਕਿਆ। ਠੀਕ ਹੈ, ਜਿਹੜੇ ਇੰਡੀਅਨ ਸਟੇਟ ਸਰਕਾਰ ਨੇ ਅਤੇ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਪੋਲਸੀ ਇੱਕ ਨੀਤੀ ਦੇ ਤਹਿਤ ਗੈਰ ਕਾਨੂੰਨੀ ਢੰਗ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਭਾਈ ਦਲਜੀਤ ਸਿੰਘ ਕਲਸੀ, ਪ੍ਰਧਾਨ ਮੰਤਰੀ ਬੁੱਕਣ ਵਾਲਾ ਬਾਜੇ ਕੇ ਚਾਚਾ ਹਰਜੀਤ, ਇਹ 10 ਸਿੰਘਾਂ ਨੂੰ ਜਿਹੜਾ NSA ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਅਤੇ ਉਹਨਾਂ ਦੇ ਨਾਲ ਮਿਸਬਿਹੇਵ ਕੀਤਾ ਹੈ,
ਉਹਨਾਂ ਦੇ ਜਿਹੜੀਆਂ ਬੈਰਕਾਂ ਉਹਦੇ ਵਿੱਚ ਕਮਰੇ ਲਾ ਕੇ ਉਹਨਾਂ ਦੀ ਜਸੂਸੀ ਕਰਨ ਦਾ ਜਿਹੜਾ ਉਪਰਾਲਾ ਸੀ। ਅਤੇ ਫਿਰ ਜਦੋਂ ਇਹਨਾਂ ਨੇ ਕੈਮਰੇ ਫੜ ਲਏ ਤਾਂ ਪ੍ਰਸ਼ਾਸਨ ਡਿਬਰੂਗੜ੍ਹ ਇਹ ਕੈਮਰੇ ਖੋਹਣ ਲੱਗਿਆ ਤਾਂ ਕੈਮਰੇ ਖੋਹ ਤਾਂ ਨਹੀਂ ਸਕੇ, ਫਿਰ ਉਹਨਾਂ ਨੇ ਪ੍ਰਸ਼ਾਸਨ ਨੂੰ ਕੈਮਰੇ ਦਿੱਤੇ। ਉਲਟਾ ਕਹਿੰਦੇ ਜੀ ਇਹ ਜੀ ਸਮਾਰਟ ਫੋਨ ਹੈਗੀ ਆ ਘੜੀ ਹੈ, ਇਹ ਉਲਟਾ ਇਲਜ਼ਾਮ ਲਾਉਣੇ ਕੀਤੇ, ਕਦਾਰਕੁਸ਼ੀ ਕਰਨੀ ਸ਼ੁਰੂ ਕੀਤੀ। ਉਸ ਸੰਬੰਧ ਦੇ ਵਿੱਚ ਅਸੀਂ ਸਾਰੇ ਡਿਪਟੀ ਕਮਿਸ਼ਨ ਇੱਥੇ ਅੰਮ੍ਰਿਤਸਰ ਨੂੰ ਮਿਲੇ ਸੀ, ਉਹਨਾਂ ਨੂੰ ਸਾਰੀ ਗੱਲ ਕੀਤੀ ਸੀ ਕਿ ਇਹਨਾਂ ਦਾ ਕਿਸੇ ਵੇਲੇ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ, ਅਸੀਂ ਪੀਸ ਅਤੇ ਸ਼ਾਂਤੀ ਚਾਹੁੰਦੇ ਹਾਂ ਅਤੇ ਇਹ ਜਿਹੜਾ ਜ਼ਬਰ ਹੈ ਇਹ ਰੋਕਿਆ ਜਾਵੇ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਮੈਂ 2 ਘੰਟੇ 'ਚ ਰਿਪੋਰਟ ਦੇਊਂਗਾ। ਇੱਕੋ ਹੀ ਨਿਕਾਤੀ ਪ੍ਰੋਗਰਾਮ ਸੀ ਕਿ ਸਾਡਾ ਜੇਲ੍ਹ ਤਬਦੀਲ ਕਰ ਦਿੱਤੀ ਜਾਵੇ। ਇਹ ਜੇਲ੍ਹ ਇਹ ਨਹੀਂ ਕਹਿੰਦੇ ਪੈਟ ਜੇਲ੍ਹ ਸਾਨੂੰ ਅੰਮ੍ਰਿਤਸਰ, ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਹੀ ਉਹਨਾਂ ਨੂੰ ਲਿਆਂਦਾ ਜਾਵੇ ਤਾਂ ਜੋ ਇਹ ਜਿਹੜਾ ਕੰਮ ਜਿਹੜਾ ਇਹ ਮਾਹੌਲ ਖਰਾਬ ਨਾ ਹੋ ਸਕੇ। ਅਤੇ ਫਿਰ ਜਦੋਂ ਇਹ ਸਾਡੀ ਗੱਲ ਕਿਸੇ ਨੇ ਸੁਣੀ ਨਾ, ਨਾ ਚੀਫ ਮਿਨਿਸਟਰ ਨੇ ਸੁਣੀ ਨਾ ਚੀਫ ਸੈਕਟਰੀ ਨੇ ਸੁਣੀ, ਤਾਂ ਫਿਰ ਅੱਜ ਅਸੀਂ ਅਕਾਲ ਤਖਤ ਸਾਹਿਬ ਅਤੇ ਸਾਰੇ ਪਰਿਵਾਰ ਆਏ ਸੀ, ਅਰਦਾਸ ਕੀਤੀ, ਅਰਦਾਸ ਕਰਕੇ ਹੇ ਸੱਚੇ ਪਾਤਸ਼ਾਹ ਸਾਡੇ 'ਤੇ ਬਲ ਬਖਸ਼ ਕੇ ਅਸੀਂ ਚੜ੍ਹਦੀ ਕਲਾ 'ਚ ਰਹੀਏ। ਹੁਣ ਪ੍ਰੋਗਰਾਮ ਹੈ ਕਿ ਅਸੀਂ ਭੁੱਖ ਹੜਤਾਲ 'ਤੇ ਪਰਿਵਾਰ ਬੈਠਣਗੇ, ਵੀ ਜੇ ਉਹ ਭੁੱਖ ਹੜਤਾਲ 'ਤੇ ਪੁੱਤ ਬੈਠੇ ਹੁਣ ਤੁਸੀਂ ਦੇਖੋ ਵੀ 24 ਘੰਟੇ ਭੁੱਖ ਹੜਤਾਲ ਕੱਟਣੀ ਸੌਖੀ ਹੈ ਜੀ, 1 ਘੰਟਾ ਬੰਦਾ ਨਹੀਂ ਸਕਦਾ। ਇਹਨਾਂ ਦੀ ਹਾਲਤ ਬੜਿਆਂ ਦੀ ਖਰਾਬ ਹੈ। ਹਰਜੀਤ ਸਿੰਘ ਆ ਜਿਹੜਾ ਉਹ ਸ਼ੂਗਰ ਦਾ ਪੇਸ਼ੈਂਟ ਹੈ ਅਤੇ ਬਸੰਤ ਸਿੰਘ ਦੀ ਵੀ ਬਹੁਤ ਬੁਰੀ ਹਾਲਤ ਹੈ। ਅਤੇ ਇਹ ਐਵੇਂ ਲੜਾਈ ਨਹੀਂ, ਇਹ ਆਰ ਪਾਰ ਦੀ ਲੜਾਈ ਹੈ। ਅਤੇ ਇਹ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਕਿ ਤੇਰੇ ਵੱਸ ਹੈ। ਜਦੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹੀ ਮੁਲਾਕਾਤਾਂ ਕਰਾਉਂਦਾ ਸਾਰਾ, ਉਹ ਤਾਂ ਇੱਕ ਜੇਲ੍ਹ 'ਚ ਭੇਜੀ ਹੈ, ਅਤੇ ਫਿਰ ਯਾਰ ਇਸ ਜੇਲ੍ਹ 'ਚ ਕਿਉਂ ਨਹੀਂ ਲਿਆਉਂਦੇ ਤਬਦੀਲ? ਅਸੀਂ ਤਾਂ ਕਹਿੰਦਾ ਜੇਲ੍ਹ ਕਿਤੇ ਵੀ ਲਿਆਓ। ਅਤੇ ਇਸ ਕਰਕੇ ਭੁੱਖ ਹੜਤਾਲ ਰੱਖੀ ਹੈ। ਜੇ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਉੱਧਰ ਕਿਸਾਨੀ ਸੰਘਰਸ਼ 'ਚ ਗੋਲੀਆਂ ਵੱਜੀਆਂ ਜਾਂਦੀਆਂ, ਉੱਧਰ ਸ਼ੰਭੂ ਤੋਂ ਗੇਟ ਬੰਦ ਕਰਤੇ ਦਰਵਾਜ਼ੇ, ਅਤੇ ਇੱਧਰ ਕਹਿੰਦੇ ਆ ਵੀ ਸਾਡੇ ਸਿੰਘ ਡਿਬਰੂਗੜ੍ਹ 'ਚ ਰਹਿਣ, ਇੱਧਰ ਸਾਡੇ ਬਾਰਡਰ ਬੰਦ ਕਹਿੰਦੇ ਕੀ ਕਰੀਏ ਯਾਰ। ਹੁਣ ਕਦੇ ਦਰਬਾਰ ਸਾਹਿਬ ਢਾਉਂਦੇ, ਕਦੇ ਗਲਾਂ 'ਚ ਟਾਇਰ ਪਾਉਂਦੇ, ਕਦੇ ਧੀਆਂ ਭੈਣਾਂ ਦੀਆਂ ਬੇਪਤੀਆਂ ਕਰ ਜਾਂਦੇ ਹੈ, ਕਦੇ ਯਾਰ ਕੀ ਕਰੀਏ। ਸਾਡਾ ਜਿਹੜਾ ਸੋਸ਼ਲ ਮੀਡੀਆ ਆ ਜੀ ਨਿਊਜ਼ 'ਤੇ ਸੀ, ਇਹਨਾਂ 'ਤੇ ਵੀ ਜ਼ੁਲਮ ਹੋਇਆ ਸੀ, ਵੀ ਬੈਠੇ ਸੀ ਉਦੋਂ ਇਹਨਾਂ ਦੇ ਦਫ਼ਤਰੀ ਭੰਨ ਦਿੱਤੇ ਸੀ, ਕੀ ਕਰੀਏ? ਬਹੁਤ ਵੱਡਾ ਜ਼ੁਲਮ ਹੋ ਰਿਹਾ। ਅਤੇ ਜੇ ਸਰਕਾਰ ਨੂੰ ਐਵੇਂ ਨਾ ਸਮਝ ਲਿਆ, ਜੇ ਬਗਰਾੜੀ ਮੋਰਚਾ ਲੱਗਿਆ ਸੀ, ਅਸੀਂ ਕਿਹਾ ਸੀ ਆ ਫੜ ਲਓ, ਜੇ ਨਹੀਂ ਫੜੇ ਤਾਂ 2 ਸਿੰਘ ਸ਼ਹੀਦ ਹੋ ਗਏ। ਜੇ ਕਿਤੇ ਮਾੜਾ ਮੋਟਾ ਨੁਕਸਾਨ ਹੋ ਗਿਆ, ਪੰਜਾਬ ਦਾ ਮਾਹੌਲ ਖਰਾਬ ਕਰੂਗੀ। ਭਗਵੰਤ ਮਾਨ ਦੀ ਸਰਕਾਰ ਹੈ, ਮੈਂ ਮੋਦੀ ਸਰਕਾਰ ਨੂੰ ਵੀ ਕਹਿਣਾ ਕਿ ਇਹ ਇਹੋ ਜਿਹਾ ਪਰਖਣਾ ਸਿੱਖ, ਜੇ ਅਸੀਂ ਸਿਰ ਵੱਢੇ ਤਾਂ ਸਾਡਾ ਬਾਬਾ ਲੜ ਸਕਦਾ, ਅਤੇ ਜੇ ਅਸੀਂ ਇੰਦਰਾ ਗਾਂਧੀ ਨੂੰ ਸਬਕ ਸਿਖਾ ਸਕਦੇ ਹਾਂ, ਜੇ ਜਨਰਲ ਵੈਦਿਆ ਨੂੰ ਸਿਖਾ ਸਕਦੇ ਹਾਂ, ਹੁਣ ਤਾਂ ਅਸੀਂ ਬੈਠੇ ਹਾਂ। ਆਰਟੀਕਲ 14-19 ਦੇ ਮੁਤਾਬਕ ਫਰੀਡਮ ਆਫ ਸਪੀਚ ਹੈ ਅਤੇ ਫਰੀਡਮ ਆਫ ਐਕਸਪ੍ਰੈਸ਼ਨ ਹੈ। ਅਤੇ ਫਿਰ ਜਦੋਂ ਅਸੀਂ ਫਰੀ ਕਰਕੇ ਆਪਣੀ ਗੱਲ ਕਰ ਸਕਦੇ ਹਾਂ, ਅੰਮ੍ਰਿਤਪਾਲ ਦੇ ਕੋਲੋਂ ਬੰਬ ਫੜਿਆ ਸੀ, ਕੋਈ ਤੋਂ ਫੜੀ ਸੀ ਕਿ ਉਹਦੇ ਕੋਲ ਫੜਿਆ ਕੀ ਸੀਗਾ? ਕੁਝ ਵੀ ਨਹੀਂ ਫੜਿਆ। ਆਹ ਅਸੀਂ ਭੁੱਖ ਹੜਤਾਲ 'ਤੇ ਤਾਂ ਬੈਠੇ ਹਾਂ ਜਦੋਂ ਪ੍ਰਧਾਨ ਮੰਤਰੀ ਨੇ ਗੱਲ ਨਹੀਂ ਸੁਣੀ, ਪ੍ਰੈਜੀਡੈਂਟ ਨੇ ਗੱਲ ਨਹੀਂ ਸੁਣੀ, ਰਾਜ ਸਭਾ ਦੇ ਗੱਲ ਨਹੀਂ ਸੁਣੀ, ਸੂਓ ਮੋਟੋ ਐਕਸ਼ਨ ਹੀ ਨਹੀਂ ਲਿਆ, ਸੂਓ ਮੋਟੋ ਸੁਪਰੀਮ ਕੋਰਟ ਲੈ ਲੈਂਦੀ। ਅਤੇ ਜਦੋਂ ਇੱਕ ਰਾਮਦੇਵ ਇੱਕ ਮੁਜ਼ਾਹਰਾ ਕਰਦਾ ਦਿੱਲੀ, ਅਤੇ ਦਿੱਲੀ ਪੁਲਿਸ ਉਹਦੇ 'ਤੇ ਵਿਛਾੜ ਕਰ ਦਿੰਦੀ ਪਾਣੀ 'ਤੇ, ਅਤੇ ਫਿਰ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਕੇ ਨਿਕਲ ਜਾਂਦਾ। ਅਤੇ ਹਾਈ ਕੋਰਟ ਦਿੱਲੀ ਕਹਿੰਦੀ ਹੈ DCP ਨੂੰ, ਕਹਿੰਦੇ ਵੀ ਇਹ ਕਰ ਨਹੀਂ ਸਕਦਾ, ਇਲੀਗਲ ਹੈ। ਅਤੇ ਫਿਰ ਹੁਣ ਸੁਪਰੀਮ ਕੋਰਟ ਇਲੀਗਲ ਜਿਹੜਾ ਹੋ ਰਿਹਾ ਹੈ ਇਹਨੂੰ ਸੂਓ ਮੋਟੋ ਲੈ ਕੇ ਇਹ ਕਰੇ, ਇਹ ਤਾਂ ਬੈਠਿਆ ਕਿ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਿਹਾ, ਕਿਉਂਕਿ ਅਸੀਂ ਸਟੇਟ ਦੇ ਬੰਦੇ। ਕਿਸੇ ਦੇ ਕਿਰਦਾਰ ਦੀ ਗੱਲ ਨਹੀਂ, ਇੱਥੇ ਤਾਂ ਗੱਲ ਹੈ ਜਿੱਤਣ ਦੀ। ਕਿਰਦਾਰਾਂ ਬਾਰੇ ਕਰਾਂਗੇ ਗੱਲਾਂ ਬਾਅਦ 'ਚ, ਕਿਰਦਾਰਾਂ ਬਾਰੇ ਜੀ ਕਰਾਂਗੇ ਗੱਲ। ਸਿੱਖ ਕੌਮ ਦੀਆਂ ਸਾਡੀਆਂ ਪ੍ਰੋਬਲਮ 100 ਹੋ ਸਕਦੀਆਂ, ਬੜੀਆਂ ਬੜੀਆਂ ਪ੍ਰੋਬਲਮ ਹੈ, ਕਿਰਦਾਰਾਂ ਦੀ ਗੱਲ ਕਰਾਂਗੇ। ਹੁਣ ਤਾਂ ਭਾਈ ਸਾਰੇ ਇਕੱਠੇ ਹੋ ਕੇ, ਉੱਧਰ ਮੈਂ ਯੂਨੀਅਨ ਨੂੰ ਵੀ ਕਹਿਣਾ, ਅੱਜ ਯੂਨੀਅਨ ਉਹ ਭਰਾ ਤੁਹਾਡੇ ਹੈ, ਉਹ ਜੇ ਭਾਵੇਂ ਦੋਵਾਂ ਨੇ ਫੈਸਲਾ ਲਿਆ ਗੱਲ ਤਾਂ ਅਣਕਦੀ ਆ, ਸਾਰੇ ਚਲੇ ਜਾਓ, ਚਲੇ ਜਾਓ, ਚਲੇ ਜਾਓ, ਚਲੇ ਜਾਓ। ਅਤੇ ਜੇ ਨਹੀਂ ਚਲੇ ਜਾਣਾ ਤਾਂ ਫਿਰ ਪਤਾ ਕੀ ਕਰ ਦਿਓ, ਦਿੱਲੀ ਕਹਿੰਦੀ ਸਾਡੇ ਘਰ ਨਾ ਆਓ,
ਤੇ ਤੁਸੀਂ ਕਹੋ ਸਾਡੇ ਘਰੇ ਨਾ ਆਓ, ਦਿੱਲੀ ਦੇ ਸਾਰੇ ਰਸਤੇ ਬੰਦ ਕਰ ਦਿਓ, ਦਿੱਲੀ ਦਾ ਇੱਕ ਬੰਦਾ ਆਉਣ ਨਾ ਦਿਓ, ਨਾ ਮੰਤਰੀ ਆਵੇ, ਨਾ ਕੋਈ ਆਵੇ, ਨਾ MP ਆਵੇ, ਚੁੱਪ ਕਰਕੇ ਬੰਦ ਕਰੇ। ਆਡੈਂਟੀਕਾਰਡ ਵੇਖੋ, ਦਿੱਲੀ ਵਾਲਾ ਗੋ ਬੈਕ ਦਿੱਲੀ, ਉਹਨਾਂ ਨੂੰ ਗੋ ਬੈਕ ਕਰ ਦਿਓ, ਉਹਦੇ ਵਿੱਚ ਢਾਡੀ ਰਾਗੀ ਸਾਡੀ ਪ੍ਰੈਸ ਸਾਥ ਦੇਵੇ। ਫਿਰ ਭਾਈ ਇੱਧਰ ਵੀ ਦਰਵਾਜ਼ਾ ਬੰਦ ਅਤੇ ਉੱਧਰ ਵੀ ਬੁਦਰੰਜ, ਅਤੇ ਜੇ ਉਹਨਾਂ ਨੇ ਸਾਡੇ ਦਰਵਾਜ਼ੇ ਪਹਿਲਾਂ ਬੰਦ ਕੀਤੇ ਹੈ ਅਤੇ ਸਾਨੂੰ ਗੋਲੀਆਂ ਮਾਰੀਆਂ, ਤੁਸੀਂ ਸਾਰੇ ਦਰਵਾਜ਼ੇ ਬੰਦ ਕਰੋ, ਸਾਰੀਆਂ ਯੂਨੀਅਨ ਇੱਕ ਇੱਕ ਬਾਰਡਰ ਘੇਰ ਕੇ, ਅਤੇ ਦਿੱਲੀ ਵਾਲਿਆਂ ਦਾ ਆਉਣਾ ਬੰਦ ਕਰ ਦਿਓ, ਗੱਡੀਆਂ ਬੰਦ ਕਰ ਦਿਓ, ਰੇਲਾਂ ਬੰਦ ਕਰ ਦਿਓ, ਸੜਕਾਂ ਜਾਮ ਕਰ ਦਿਓ, ਪੀਸਫੁਲੀ ਢੰਗ ਦੇ ਨਾਲ ਮੁੰਡੇ ਨਾ ਮਰਵਾਓ, ਅਤੇ ਉਹਨਾਂ ਨੂੰ ਕਹੋ ਵੀ ਤੁਸੀਂ ਸਾਡੇ ਘਰੇ ਨਾ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੱਲੋਂ ਇੱਕ ਨਾਰਾ ਲਾਇਆ ਜਾਂਦਾ ਹੈ, ਜੈ ਜਵਾਨ ਜੈ ਕਿਸਾਨ। ਜਿਹੜੇ ਜਵਾਨ ਇਹ ਸਰਹੱਦਾਂ ਉੱਤੇ ਦੇਸ਼ ਦੀ ਰਾਖੀ ਕਰਦੇ ਨੇ, ਔਰ ਕਿਸਾਨ ਅੰਨ ਪੈਦਾ ਕਰਕੇ ਸਾਰੇ ਦੇਸ਼ ਨੂੰ ਖਵਾਉਂਦੇ ਨੇ, ਔਰ ਕਿਸਾਨ ਆਪਣੇ ਹੱਕਾਂ ਵਾਸਤੇ ਪਿਛਲੇ ਕਈ ਸਮੇਂ ਤੋਂ ਪ੍ਰੋਟੈਸਟ ਕਰ ਰਹੇ ਨੇ, ਪ੍ਰਦਰਸ਼ਨ ਕਰ ਰਹੇ, ਉਹ ਵੀ ਸ਼ਾਂਤਮਈ ਢੰਗ ਦੇ ਨਾਲ। ਔਰ ਪਿਛਲੇ ਦਿਨੀ ਸ਼ੰਭੂ ਬਾਰਡਰ ਉੱਤੇ ਇੱਕ ਕੰਧ ਬਣਾਈ ਗਈ ਹੈ, ਜਿਸ ਤਰ੍ਹਾਂ ਪਾਕਿਸਤਾਨ ਅਤੇ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕੰਧ ਬਣੀ ਹੋਈ ਹੈ, ਇੱਕ ਬਾਰਡਰ ਬਣਾਇਆ ਗਿਆ ਹੈ, ਉਸ ਤੋਂ ਵੀ ਵੱਡਾ ਬਾਰਡਰ ਜਿਹੜਾ ਹੈ ਉਹ ਸ਼ੰਭੂ ਬਾਰਡਰ 'ਤੇ ਬਣਾਇਆ ਗਿਆ ਹੈ। ਔਰ ਕਿਸਾਨ ਆਪਣਾ ਜਿਹੜਾ ਹੈ ਰੋਸ ਪ੍ਰਦਰਸ਼ਨ ਜਿਹੜਾ ਹੈ ਬੜੇ ਸ਼ਾਂਤਮਈ ਢੰਗ ਦੇ ਨਾਲ ਕਰ ਰਿਹਾ, ਆਪਣੇ ਹੱਕਾਂ ਵਾਸਤੇ ਹੱਕ ਲੈਣ ਵਾਸਤੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਆ। ਉਹਨਾਂ ਉੱਤੇ ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ ਉਹਨਾਂ ਨੂੰ ਚਲਾਈਆਂ। ਔਰ ਕੱਲ੍ਹ ਇੱਕ ਐਸੀ ਘਟਨਾ ਵਾਪਰੀ ਹੈ, ਬੜੀ ਮੰਦਭਾਗੀ ਘਟਨਾ ਹੈ, ਸਰਕਾਰ ਵੱਲੋਂ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ, ਔਰ ਕਈ ਕਿਸਾਨ ਜਿਹੜੇ ਉੱਥੇ ਫੱਟਰ ਹੋਏ, ਇੱਕ ਨੌਜਵਾਨ ਜਿਸਦੇ ਸਿਰ ਵਿੱਚ ਗੋਲੀ ਲੱਗੀ ਹੈ ਉਹਦੀ ਮੌਤ ਹੋ ਗਈ। ਔਰ ਇਹ ਬੜੀ ਮੰਦਭਾਗੀ ਘਟਨਾ ਹੈ, ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਦੇ ਸਾਰੇ ਮਸਲੇ ਬੈਠ ਕੇ ਇੱਕ ਟੇਬਲ ਟੋਕ ਕਰਕੇ ਹੱਲ ਕੀਤੇ ਜਾਣ, ਨਾ ਕਿ ਉਹਨਾਂ ਉੱਤੇ ਡੰਡੇ ਵਰਸਾਏ ਜਾਣ। ਇਹ ਆਪਣੇ ਹੀ ਦੇਸ਼ ਦੇ ਕਿਸਾਨ ਨੇ, ਆਪਣੇ ਹੀ ਲੋਕਾਂ ਨੂੰ ਅੰਨ ਪੈਦਾ ਕਰਕੇ ਖਵਾਉਂਦੇ ਨੇ, ਉਹਨਾਂ ਨੂੰ ਜਿਹੜਾ ਬੜੇ ਪਿਆਰ ਦੇ ਨਾਲ, ਬੜੇ ਸਲੀਕੇ ਦੇ ਨਾਲ, ਬੜੇ ਸੁਚੱਜੇ ਢੰਗ ਦੇ ਨਾਲ ਟੇਬਲ ਉੱਤੇ ਬੈਠ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਣ, ਕਿਉਂਕਿ ਕਿਸਾਨ ਅੱਜ ਆਪਣੇ ਹੱਕਾਂ ਵਾਸਤੇ ਮੰਗ ਰਹੇ ਨੇ, ਔਰ ਕਿਸਾਨਾਂ ਦੇ ਇਹਨਾਂ ਦੇ ਬੱਚੇ ਨੇ ਜਿਹੜੇ ਸਰਹੱਦਾਂ ਉੱਤੇ ਦੇਸ਼ ਦੀ ਰਾਖੀ ਕਰ ਰਹੇ ਨੇ। ਸਰਕਾਰ ਨੂੰ ਚਾਹੀਦਾ ਹੈ ਇਹਨਾਂ ਦੇ ਹੱਕਾਂ ਦੀ, ਜਿਹੜੇ ਹੱਕ ਮੰਗ ਰਹੇ ਉਹ ਇਹਨਾਂ ਨੂੰ ਹੱਕ ਦੇ ਕਰਕੇ ਕਿਸਾਨਾਂ ਨੂੰ ਠੰਡਿਆ ਕੀਤਾ ਜਾਵੇ, ਔਰ ਕਿਸਾਨ ਸੁੱਖ ਸ਼ਾਂਤੀ ਦੇ ਨਾਲ ਆਪਣੇ ਘਰਾਂ ਦੇ ਵਿੱਚ ਵਾਪਸ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।